ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ ਨੇ। ਅੱਜ ਆਪਾਂ ਬਣਾਵਾਂਗੇ ਗੁਜਰਾਤੀ ਡਿਸ਼ ਸੂਜੀ ਹਾਂਡਵਾ। ਬਹੁਤ ਹੀ ਸਵਾਦ ਬਣਦੀ ਹੈ। ਉਹਦੇ ਲਈ ਸੂਜੀ ਲਈ ਹੈ, ਥੋੜ੍ਹਾ ਜਿਹਾ ਉਹਦੇ 'ਚ ਦਹੀਂ ਮਿਕਸ ਕਰਕੇ ਚੰਗੀ ਤਰ੍ਹਾਂ ਉਹਨੂੰ ਥੋੜ੍ਹੇ ਟਾਈਮ ਲਈ ਆਪਾਂ ਰੱਖਾਂਗੇ। ਉਨੇ ਟਾਈਮ 'ਚ ਜਿਹੜੀ ਆਪਣੀ ਸੂਜੀ ਫੁੱਲ ਜੂਗੀ ਅਤੇ ਉਸ ਟਾਈਮ 'ਤੇ ਆਪਾਂ ਪੈਰਲਲੀ ਸਬਜ਼ੀਆਂ ਨੂੰ ਕੱਟ ਲਾਂਗੇ। ਸਬਜ਼ੀਆਂ 'ਚ ਆਪਾਂ ਇੱਕ ਪਿਆਜ਼ ਲਿਆ, ਇੱਕ ਸ਼ਿਮਲਾ ਮਿਰਚ ਅਤੇ ਗਾਜਰ। ਗਾਜਰ ਨੂੰ ਕੱਦੂਕਸ ਕਰ ਲਿਆ, ਬਾਕੀ ਦੋਨੋਂ ਚੀਜ਼ਾਂ ਨੂੰ ਬਰੀਕ ਬਰੀਕ ਕੱਟ ਲਿਆ। ਉਸ ਤੋਂ ਬਾਅਦ ਜਦੋਂ ਆਪਾਂ ਦੇਖਾਂਗੇ ਸੂਜੀ ਆਪਣੀ ਬਣ ਚੁੱਕੀ, ਉਹਦੇ 'ਚ ਥੋੜ੍ਹਾ ਜਿਹਾ ਹਲਦੀ, ਥੋੜ੍ਹਾ ਨਮਕ ਅਤੇ ਥੋੜ੍ਹਾ ਹਰੀ ਮਿਰਚ ਅਤੇ ਅਦਰਕ ਦਾ ਪੇਸਟ ਇਹਦੇ 'ਚ ਮੈਂ ਐਡ ਕੀਤਾ ਗਾ। ਉਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਗਾ ਅਤੇ ਉਸ ਤੋਂ ਬਾਅਦ ਜਿਹੜੀਆਂ ਵੀ ਸਬਜ਼ੀਆਂ ਆਪਾਂ ਕੱਟੀਆਂ ਸੀ ਬਰੀਕ ਬਰੀਕ, ਉਹਨਾਂ ਨੂੰ ਇਹਦੇ 'ਚ ਮਿਕਸ ਕਰਕੇ ਵਿੱਚ ਇਹਦੇ 'ਚ ਥੋੜ੍ਹੇ ਜਿਹੇ ਮੈਂ ਕੋਰਨਸ ਵੀ ਐਡ ਕੀਤੇ ਨੇ, ਉਹਨਾਂ ਨੂੰ ਬੜਾ ਵਧੀਆ ਸਵਾਦ ਆਉਂਦਾ। ਅਤੇ ਉਸ ਤੋਂ ਬਾਅਦ ਆਪਾਂ ਇੱਕ ਸੈਸ਼ੇ ਇਹਦੇ 'ਚ ਇਨੋ ਦਾ ਐਡ ਕਰਾਂਗੇ। ਇਨੋ ਦੇ ਨਾਲ ਇੱਕ ਵਧੀਆ ਇਹ ਫੁੱਲ ਵੀ ਜਾਂਦੇ ਜਦੋਂ ਆਪਾਂ ਬਣਾਉਂਦੇ ਹਾਂ। ਫਿਰ ਕੜਾਹੀ ਦੇ ਵਿੱਚ ਤੇਲ ਲੈ ਕੇ ਉਹਦੇ 'ਚ ਆਪਾਂ ਰਾਈ ਅਤੇ ਜੀਰੇ ਨੂੰ ਥੋੜ੍ਹਾ ਭੁੰਨਿਆ ਅਤੇ ਉਸ ਤੋਂ ਬਾਅਦ ਜਿਹੜਾ ਵੀ ਆਪਾਂ ਬੈਟਰ ਤਿਆਰ ਕੀਤਾ ਉਹਨੂੰ ਆਪਾਂ ਕੜਾਹੀ 'ਚ ਪਾਵਾਂਗੇ। ਨਾ ਬਹੁਤਾ ਪਤਲਾ ਅਤੇ ਨਾ ਬਹੁਤਾ ਮੋਟਾ ਰੱਖਣਾ ਗਾ। ਅਤੇ ਉਹਨੂੰ ਪਾ ਕੇ ਆਪਾਂ 15 ਕੁ ਮਿੰਟ ਲਈ ਉਹਨੂੰ ਪਕਾਵਾਂਗੇ ਅਤੇ ਆਪਣਾ ਬਣ ਕੇ ਤਿਆਰ ਇਹਨੂੰ ਹਰੀ ਚਟਨੀ ਦੇ ਨਾਲ ਤੁਸੀਂ ਖਾ